मॉर्निंग गाइस, अब्बा चले हिमाचल, पता नहीं कितने जाना डिसाइड नहीं किया हमने। हिमाचल से पता नहीं कितने जाना, बहुत सारी आज संडे जो जी आज मैं बनाया ₹130 रोटी खाती असी पर साना इथे ना धक्केशाही की गई है जी। सानू दूजी पार्टी का समझ के लून थोड़ा ज्यादा पाया गया है, दही भी सानू घट दिता गया है। बाकी चलो अगे खाने अगे देखते अगे की कहने सानू लून ज्यादा पा दिता गया अजय भाई गुमराह सानू किया गया अजय भाई दौरा भी पिया उठाया बाद अजय भाई दौरा फिर भी वधिया सी रोटी एन यस सी पूरी। बाकी साडे भाई नो कमेंट केड़ा रस्ते विच रुके हैं जूस पी अगे जावे हम पता नहीं कितने का प्लान बनाया ट्राई का पहुंच के दिखावे थानू कि भाई टे समथिंग बोलो कुछ भी नहीं है वो साडे गुरु जी करती है हमारे आज वो सर से बात करवाते आप कुछ कहना चाहोगे गन्ने का जूस गलत ना समझो मेरी कोटा इट्स नॉट लाइक कोटा मिलते हैं टीम साड़ी आ तुक्की पाजी अजय पाजी ओ उस्ताद जी साड़े पर कित्थे जा रहे हैं सर जी ਆਪਾਂ ਜਾ ਰਹੇ ਹਾਂ ਤਕਰੀਬਨ 750 ਕਿਲੋਮੀਟਰ ਦੂਰ ਭਾਰਤ ਤੇ ਸ਼ਿਵ ਸ਼ੰਕਰ ਜੀ ਵੀ ਵਾਸ ਕਰਦੇ ਨੇ ਉਹ ਮਾਰਿਓ ਦਿਖਾਇਓ ਮਾਰਿਓ ਉਹ ਕੈਮਰਾ ਬੰਬ ਬੰਬ ਬੋਲੇ ਸਭ ਚਲੋ ਅੱਗੇ ਹਾਲੋ ਗਾਇਸ ਆਪਾਂ ਆ ਚੁੱਕੇ ਹਾਂ ਹੋਟਲ ਚ ਪਹੁੰਚ ਗਏ ਹਾਂ ਜੀ ਆਪਾਂ ਮਕਲੋੜਗੰਜ ਪ੍ਰਾਈਸ ਦਾ ਡਾਇਰੀ ਸੀ ਮਤਲਬ ਅਸੀਂ ਦੱਸਿਆ ਨਹੀਂ ਸੀ ਕਿੱਥੇ ਜਾਣਾ ਆਏ ਆ ਆਪਾਂ ਮਕਲੋੜਗੰਜ ਹਾਂਜੀ ਹਲੇ ਅੱਗੇ ਵੀ ਜਾਣਾ ਇਸ ਤੋਂ ਅੱਗੇ ਵੀ ਵੀਡੀਓ ਆਏਗੀ ਆ ਆਪਾਂ ਹੁਣ ਕੱਲ ਵੀ ਇੱਥੇ ਸਟੇ ਕਰਾਂਗੇ ਪਾਸੋਂ ਵੀ ਕਰਾਂਗੇ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਉੱਥੇ ਵਿਊ ਚ ਮਿਲਾਂਗੇ ਬਿਲਕੁਲ ਬਿਲਕੁਲ ਮਾਰਕੀਟ ਦਿਖਾਣੇ ਇੱਥੇ ਤੁਹਾਨੂੰ ਪਹਿਲਾਂ ਵੀ ਆ ਚੁੱਕੇ ਆ ਪਰ ਇਸ ਵਾਰੀ ਜ਼ਿਆਦਾ ਆਪਾਂ ਖੱਪ ਖਾਣੀ ਕਰਾਂਗੇ ਇਸ ਵਾਰੀ ਪਾਈ ਗਏ ਆ ਛੁੱਟੀ ਥੋੜੀ ਜ਼ਿਆਦਾ ਲੈ ਕੇ ਆਏ ਆ ਹਾਂ ਪਹਿਲਾਂ ਅਸੀਂ ਰੋਕਦੇ ਹਾਂ ਲਿਮਿਟਡ ਟਾਈਮ ਹੁੰਦਾ ਹੈ ਸਾਡੇ ਤੋਂ ਹੁਣ ਟਾਈਮ ਬਹੁਤ ਹੈ ਇਹ ਸਾਡੇ ਤੁਕੀ ਸਰ ਇਹ ਤੁਕੀ ਪਾਈ ਸਾਡੇ ਆਈ ਤੁਕੀ ਯੋ ਮੈਨ ਕਿਵੇਂ ਲੱਗਾ ਕਿੱਦਾਂ ਦਾ ਲੱਗ ਰਿਹਾ ਇੱਥੇ ਆ ਜੀ ਪਾਈ ਮੈਨੂੰ ਫਿਲਹਾਲ ਕਾਲੀ ਕੁਛ ਦੇਖੋ ਪਾਈ ਲੱਗਾ ਘੈਂਟ ਲੱਗਾ ਵਧੀਆ ਨਹੀਂ ਲੱਗਾ ਉਹ ਸਾਡੇ ਸੀਨੀਅਰ ਭਾਜੀ ਜੋਨੀ ਭਾਜੀ ਸਾਡੇ ਫੋਟੋ ਚ ਪਹੁੰਚ ਚੁੱਕੇ ਆ ਕਰਦਾ ਹਾਂ ਮੈਂ ਤੁਹਾਨੂੰ ਹੈ ਹਲੇ ਹੋ ਗਏ ਮਿਲਦੇ ਆਪਾਂ ਅਜੇ ਭਾਈ ਫਰੈਸ਼ ਹੋ ਗਏ ਸਾਹਮਣੇ ਦਾ ਵਿਊ ਦੇਖੋ ਆ ਹੋਟਲ ਤੋਂ ਵਿਊ ਮੈਂ ਨਹੀਂ ਨਾਤਾ ਪਰ ਆਪਾਂ ਮਾਰਕੀਟ ਚ ਚੱਲੇ ਆ ਘੁੰਮਣ ਮਿਲਦੇ ਆ ਮਾਰਕੀਟ ਸਾਡੇ ਸਤਾਰ ਜੀ ਦੀ ਤਬੀਅਤ ਖਰਾਬ ਹੋ ਗਈ ਆ ਉਹ ਦੇਖੋ ਤਾਂ ਬੋਡੀ ਬਿਲਡਿੰਗ ਕਰਨ ਲੱਗੇ ਇੱਥੇ ਕਿੱਦਾਂ ਸਰ ਜੀ ਠੀਕ ਹੋ ਸਰ ਬਹੁਤ ਦੁਖਦਾ ਬਹੁਤ ਜ਼ਿਆਦਾ ਸਰ ਨੂੰ ਦਵਾਈ ਲਿਆ ਕੇ ਦਿੱਤੀ ਹੁਣ ਠੀਕ ਹੋਊਗੇ ਤਾਂ ਆਪਾਂ ਘੁੰਮਣ ਜਾਵਾਂਗੇ ਅੱਗੇ ਨਹੀਂ ਤਾਂ ਫਿਰ ਵਾਪਸ ਕਰ ਦੂੰਗੇ ਪਤਾ ਨਹੀਂ ਸਿੱਖਿਆ ਦੇ ਰਹੇ ਆ ਜਾਂ ਕੁਛ ਹੈ ਇਹਨਾਂ ਦਾ ਕੁਛ ਕਿਸੇ ਨੂੰ ਪਤਾ ਤਾਂ ਦੱਸੋ ਸਾਨੂੰ ਵੀ ਇਹ ਮੌਂਗ ਟੈਂਪਲ ਹੈ ਸ਼ਾਇਦ ਚੱਲੇ ਹੁਣ ਮਾਰਕੀਟ ਘੁੰਮ ਚੱਲੋ ਆਪਾਂ ਕਰਦੇ ਹਾਂ ਅੱਜ ਕੱਲ੍ਹ
ਮਾਰਕੀਟ ਨੂੰ ਦਿਖਾਉਣਾ ਤੁਹਾਨੂੰ। ਮਕਲੋੜਗੰਜ ਮਾਰਕੀਟ ਮਕਲੋੜਗੰਜ ਦਾ ਮੇਨ ਰੈਸਟੋਰੈਂਟ ਫੇਮਸ ਰੈਸਟੋਰੈਂਟ ਹੈ। मार्केट व्यू इत्थे दा हाँ देखो साढ़े स्टार जी बिजी इत्थे लाइव हो रहे हाँ नाइट व्यू नेरा ही नेरा हम ठंड होने लगी ये मॉन्ग पीपल बिजनेसमैन बंदे इत्थे भी आके बिजनेस दीआं गल्लां करदे आ नहीं मैं अज नहीं बोला अज कोई काम दी गल नहीं मैं कीती बिजनेस सारी गल्लां करदे आ ਸੁੱਕੀ ਜੀ ਕਿੱਥੇ ਆਏ ਆਪਾਂ ਸਾਈਬਰ ਕੈਫੇ ਇਹ ਬੈਂਡ ਬੜਾ ਵਧੀਆ ਸਿਸਟਮ ਹੈ ਇਹਨਾਂ ਦਾ ਇਹ ਦੇਖੋ ਪੇਂਟਿੰਗ ਇੱਧਰ ਮੇਨ ਮਾਰਕੀਟ ਆ ਬਹੁਤ ਵਧੀਆ ਹੈ ਕੈਫੇ। ਹੈਲੋ ਜੀ ਅਸੀਂ ਘੁੰਮ ਘੁੰਮ ਕੇ ਪਾਗਲ ਹੋਏ ਕਦੇ ਵਾਪਸ ਜਾਂਦੇ ਉੱਥੇ ਚਾਬੀ ਨਹੀਂ ਮਿਲਦੀ ਚਾਬੀ ਉਹਨਾਂ ਦੇ ਕੋਲ ਆ ਤੁੱਕੀ ਭਾਜੀ ਬ੍ਰੋ ਯੇ ਮੈਨ ਹੋਰ ਕੀ ਆਪਾਂ ਕਰਨ ਲੱਗੇ ਇੱਧਰ ਅਭੀ ਤੋਂ ਥੋੜ੍ਹਾ ਚਿਲ ਮਾਰੇਂਗੇ ਫਿਰ ਉਸਕੇ ਬਾਅਦ ਦੇਖਤੇ ਹੈ ਕਿਆ ਕਰਨਾ ਹੈ ਪਲਾਨ ਕੈਸੇ ਹੈ ਅਭੀ ਤੋਂ ਸਭ ਅਲੱਗ ਅਲੱਗ ਘੁੰਮ ਰਹੇ ਹੈ ਅਸੀਂ ਸਾਡੇ ਦੋਨਾਂ ਦੀ ਜੋੜੀ ਹੈ ਬਸ ਅਸੀਂ ਘੁੰਮੀ ਜਾਂਦੇ ਆਪਣਾ ਜਿਸਕੋ ਜੋ ਕਰਨਾ ਹੈ ਕਰੋ ਕਰੋ ਪਰ ਲਫੜਾ ਨਹੀਂ ਕਰਨੇ ਕਾ ਲਫੜਾ ਨਹੀਂ ਕਰਨੇ ਕਾ ਜਿਸਕੋ ਜੋ ਕਰਨਾ ਹੈ ਕਰੋ ਅੱਗੇ ਚਲੋ ਅਸੀਂ ਸਾਰੇ ਪਾਸੇ ਘੁੰਮ ਰਹੇ ਹਾਂ ਇੱਥੇ ਤੀਸਰੀ ਵਾਰੀ ਆ ਗਏ ਆ ਪਤਾ ਨਹੀਂ ਬਾਰ ਬਾਰ ਘੁੰਮਣ ਦਾ ਜੀ ਕਰਦਾ ਇੱਧਰ ਨੂੰ ਹੀ ਆਉਂਦੇ ਆ ਪਿਆਰ ਪੜ ਗਿਆ ਹਮਾਰਾ ਮਕਲੋੜਗੰਜ ਸੇ ਦੇਖੋ ਮਕਲੋੜਗੰਜ ਮਾਰਕੀਟ ਕਿੱਦਾਂ ਦੀ ਆ ਅਸੀਂ ਅੱਧੀ ਰਾਤ ਨੂੰ ਚੱਲੇ ਆ ਮਾਰਕੀਟ ਤੋਂ ਯੋ 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 ਅਸੀਂ ਰੋਟੀ ਖਾ ਕੇ ਹਟੇ ਆ ਅੱਜ ਜੋਨੀ ਭਾਈ ਸਾਡੇ ਜੋਨੀ ਭਾਈ ਕਿਵੇਂ ਹੋ क्या कहना चाहोगे जोनी भाई जोनी भाई भाई बोल लो कुछ नहीं चाहिए बस ਗੁੱਡ ਨਾਈਟ ਗੁੱਡ ਮੋਰਨਿੰਗ ਸਾਰਿਆਂ ਨੂੰ ਅੱਜ ਮਕਲੋੜਗੰਜ ਵਿੱਚ ਸਾਡਾ ਦੂਸਰਾ ਦਿਨ ਆ ਬਾਹਰ ਨਿਕਲ ਕੇ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਸਨਰਾਈਜ਼ ਧੁੱਪ ਵੈਸੇ ਨਿਕਲ ਗਿਆ ਮੈਂ ਲੇਟ ਉੱਠਿਆ ਚਲੋ ਦੇਖਦੇ ਹਾਂ ਬਾਹਰ गुड मॉर्निंग सर जी सर जी गुड मॉर्निंग और कितना
ऊपर जाके खाने तो। जो नहीं पाई चलो जी अपना हम होटल के पास चले जहाँ की आज की करिए थे भाई जी ये तो काम है फिर दे पांच बजे का चाह लभदे मिल गई चाह थले मार्केट च आके लभी उपर एवं जो नहीं भाई चाह मिल गई हम जाके चैन आई है और ये अजय जी फ्रेश लग रहे हैं हमारे मुकुश सर कैसा लग रही है दाढ़ी आपको अच्छी लग रही है अति सुंदर है वो वहां से नीचे पानी भरेगा वो देखना वहां से भर भर के लेके जा रहे हैं पानी पता नहीं क्या है वहां पर कुआ है वहां पर निकलांगे बस पता नहीं होगा गड्डी जिद्दन पासी घुमा लेंगे बस जानी पाजी हां जी कच्चा बदाम कहा पता कच्चा ਆਹ ਨਿਕਲਾਂਗੇ ਬਾਹਰ ਜਾ ਕੇ ਦੱਸ ਦਿਆ ਤਾਂ ਕਿੱਥੇ ਜਾਣਾ ਹੈ ਜਾਤੀ ਕੋ ਗੈਸ ਕਰੋ ਸਾਡਾ ਰੂਮ ਕਿੱਦਾਂ ਲੱਗਾ ਤੁਹਾਨੂੰ ਵਧੀਆ ਲੱਗਾ ਦੇਖੋ ਰੂਮ ਸਾਡਾ ਕਿੱਦਾਂ ਦਾ ਲੱਗਾ ਰੂਮ ਅਜੇ ਭਾਜੀ ਆਇਆ ਲੈਰਾਂ ਦਾ ਉਹ ਉੱਧਰ ਭਾਜੀ ਲੱਗੇ ਹੋਇਆ ਡਰਾਇਰ ਡਰੂ ਕਰ ਦੋ ਰੂਮ लो जी हमारी नेक्स्ट लोकेशन आ गई है waterfall
ਅੱਜ ਉੱਤੇ ਜਾ ਕੇ ਮੰਨਣਾ ਸੀ ਵਾਈਟ ਪਹਾੜ ਦੇਖਣੇ ਸਰ ਇਧਰੋਂ ਲੈ ਕੇ ਨਹੀਂ ਆਏ ਅਸੀਂ ਹੁਣ ਇਧਰਲੇ ਪਾਸੇ ਜਾਣਾ ਜਾ ਕੇ ਮੰਨਣਾ ਜਾਨੀ ਭਾਈ ਉੱਪਰ ਜਾ ਕੇ ਮੰਨਾਂਗੇ ਨਾ ਓਏ ਹੋਏ ਵਿਊ ਦੇਖ ਕਿੰਨਾ ਵਧੀਆ ਅਜੇ ਭਾਈ ਜੇ ਕਰਾਂ ਲਾਓ ਉੱਤੇ ਜਾ ਕੇ ਮਿਲਦੇ ਆ ਤੁਹਾਨੂੰ ਸ਼ੌਂਕ ਸਾਨੂੰ ਚੜਿਆ ਉੱਪਰ ਜਾਣ ਦਾ ਉੱਤੇ ਪਹਾੜ ਤੇ ਅਜੇ ਭਾਜੀ ਵਿੱਚ ਐਵੀ ਮਾਰੀ ਜਾਂਦੇ ਸੀ ਹੈ ਜੇ ਭਾਈ ਸ਼ੌਂਕ ਸਾਨੂੰ ਚੜਿਆ ਗਰੀਬ ਵਿੱਚ ਐਵੀ ਮਾਰੀ ਜਾਂਦੇ ਸੀ ਸੋਚਦੇ ਸੀ ਉਹ ਤੇ ਉੱਪਰ ਜਾਣ ਨੂੰ ਪਰ ਬਹੁਤ ਦੂਰ ਆ ਅਰੇ ਭਾਜੀ ਜੈਸਾ ਮਹਿਸੂਸ ਹੋ ਰਿਹਾ ਯਹਾਂ ਪੇ ਪਹੁੰਚ ਕੇ ਹਮਨੇ ਨਹੀਂ ਪਤਾ ਯਾਰ ਆਪਕਾ ਕਿਆ ਕਹਿਣਾ ਹੈ ਤੁੱਕੀ ਜੀ ਓ ਮੈਂ ਨਾ ਚੱਲਾਂ ਮੈਂ ਤੁਹਾਨੂੰ ਅਜੇ ਭਾਈ ਅਸੀਂ ਉਹ ਜਿਹੜੇ ਆ ਉੱਥੋਂ ਆਏ ਆ ਤੁਰ ਕੇ ਆਏ ਆ ਬਸ ਉਹ ਜਿਹੜੇ ਫਲੈਟ ਆ ਦੇਖੋ ਸਰ ਜੀ ਹੈਲੋ ਇੱਧਰ ਇੱਧਰ ਉਸਤਾਦ ਜੀ ਓ ਇੱਧਰ ਇੱਦਾਂ ਇੱਦਾਂ ਵੀ ਕਰ ਦਿਓ ਕੁਛ ਬੋਡੀ ਬੂਡੀ ਦਿਖਾਓ ਮੈਨੂੰ ਡਰ ਲੱਗੀ ਜਾਂਦਾ ਮੁੱਕੂ ਜੀ ਠੰਡੇ ਪਾਣੀ ਦੇ ਵਿੱਚ ਵੜ ਹੀ ਨਹੀਂ ਰਹੇ ਠੰਡਾ ਪੋਲ ਲੱਗ ਰਿਹਾ ਹੈ ਜੀ ਓ ਫਰਿੱਜ ਖੁੱਲੀ ਛੱਡੀ ਬਾਤ ਠੰਡਾ ਪਾਣੀ ਇਹਨਾਂ ਨੂੰ ਰਹਿਣਾ ਸਹਿਣਾ ਨੀ ਆਉਂਦਾ ਇਹਨਾਂ ਨੂੰ ਰਹਿਣਾ ਸਹਿਣਾ ਨੀ ਆਉਂਦਾ ਕੀ ਹੈ ਯਾਰ ਹੋਰ ਫੇ ਕੁਛ ਬੋਲੋ ਸਰ ਜੀ ਇੱਧਰ ਕੈਸਾ ਮਹਿਸੂਸ ਹੋ ਰਿਹਾ ਹੈ ਨਹੀਂ ਕਹਿੰਦਾ ਹੀ ਹੈ ਕਹਿੰਦੇ ਭਾਬੀ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਸੀ ਉਹ ਦੇਖੋ ਇੱਕ ਅਲੱਗ ਲਹਿਰ ਉਹ ਲਹਿਰ ਦੇਖੋ ਇਹਨਾਂ ਨੇ ਠੰਡਾ ਪਾਣੀ ਕਦੇ ਦੇਖਾ ਨਹੀਂ ਹੈ ਰੰਗ ਸਾਫ ਹੋਏ ਨਾ
ਟ੍ਰੈਕਿੰਗ ਕੀ ਜਾਣਾ ਰਹਿਣਾ ਹੈਨਾ ਇੱਥੇ ਬੈਠੇ ਨਾ ਸਾਰੇ ਨੂੰ ਅੰਦੇ ਰਾਚ ਜਾਦਾ ਆ ਇੱਥੇ ਰਾਚ ਜਾਦਾ ਹੈ देखो दर दर के मेलों से टैटू बनवा के आया हुआ आदमी ना टैटू दिखा रहे हैं यार पता नहीं केड़े केड़े मेले तो टैटू बनवाए हैं ये क्या कर रहे हो करो इधर ओ पुष्पा वाला डायलॉग एक पैर नहीं डुबोएगा साला झुकेगा नहीं साला डूबेगा नहीं साला मेरे ब्लॉग का चाह इन्हां नूं हुंदा पर इस ब्लॉग से कुछ कर नहीं फिर कहते ब्लॉग नहीं बनाता देखो 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 बड़ा उपर बहुत गंदा पानी है फ्रेशी है फ्रेश बंद करे आंदे ना जिदा बर्फ नहीं सच्ची बर्फ ढली हो बर्फ हुंदी पर बर्फ ही हुंदी साडी टीम पूरी है और इना ठंडा किथों किदा दा व्यू लगा तुहानू सारे नूं दिसदा कर लो किदा लगन यही लैके आया सानू साडे गुरू देखो इन्हों टेंशन ही है नी कि पता नहीं की कर रहे चैलेंज लाने लगे पानी चेड़ा ज्यादा चेर पैर रखू जिन्हें ज्यादा चेर पानी च पैर रखे उन्हें मिलूगा की सर जी जिन्हें ज्यादा चेर पानी च पैर रखे मिलूगा की ओदा भी मिल जाती ओदा भी मिल जाती है वो तुसी ओदा भी दे देंगे बहुत चलाक बनते हैं चैलेंज पानी से जरा ज्यादा चेर पैर रखी क्लियर करो सर जी पिछो जॉनी जी हार चुके हैं यहाँ पे जॉनी भाई हार गया ओ भाई जीत गए अजय भाई कट लो पानी च पैर अस चाके नहीं ले जाना ओ पर आडे पिछे छिपकली ठंडी करन दे अजय भाई की करते पे तत्ती है गर्म ठंडी करन दे भाई ने स्टिंग सुट्टी उ ठंडी होने उथे ही फस गई स्टिंग चाके मारी ठंडी होने उथे ही फस गई स्टिंग चाके मारी ठंडी होने उथे ही फस गई स्टिंग आने की उडीक में जॉनी भाई की होया देखो इन्हें की बूंदे पत्तों की गोद में आसमां से जॉनी भाई गिनती करो सेट
कितनी खुशी। किता देखते पे यहाँ पे बहुत सिंह ठंडी चल रही उ चाके मारी फस गई और डीकन डे देखो जॉनी जी क्या हो गया देखते हैं कदों आती है। A few moments later, स्टिंग की बोतल कटते हुए अभी तक नाकामयाबी महसूस होते हैं। अरे ये चीयर्स करते स्टिंग कटन चौड़ चौड़ च स्टिंग फसा ली वापस चले आप इतो साध साधा रुस गया तो की बहादुरियां दिखा रहा सी। मकलोड़गंज तो वापसी वेले ही होंदा है चर्च जॉन्स चर्च इत्थे तुसी भी आके देख सकते हैं। हम देख रहे फ्रंट दिखाने तानू कि सरप्राइज देना सी। लो जी इथे का सरप्राइज देना सी जॉनी भाई अजय भाई अत रात ही अत 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 इन्हों सरप्राइज देना सी ना यार लग गया देख लो बने खास तो किस जी ऑसम प्लेस ये हैगा पोंग सनसेट पॉइंट होटल आपा चले हैं पानी दे कोल आपा ओथे जाना है पानी दे कोल ओ देखो अजय भाई ते जॉनी भाई दोनों ओ तक चल गए हैं असी भी जाना है पीछे सारा अरे ओथे हले पानी ओथे तक गया है सुख के जब पानी ये भरिया हों तक जिथे वो साडा होटल ओथे तक पानी भरिया हों हले एरिया है इतने पानी भरिया हों हले पर खाली है
ਪੂਰਾ ਖਾਲੀ ਹੈ ਇੱਥੇ ਪੱਥਰ ਪੱਥਰ ਹੈ ਬਸ ਲੋ ਜੀ ਆ ਗਏ ਪਾਣੀ ਦੇ ਕੋਲ ਅੱਗੇ ਸਾਰਾ ਪਾਣੀ ਪਾਣੀ ਭਾਜੀ ਕਿੱਥੇ ਆਪਾਂ ਗੋਆ ਗਏ ਦੂਰ ਆ ਗਏ ਗੋਆ ਵੀ ਚਾਏ ਆ ਬਹੁਤ ਦੂਰ ਆਏ ਹੋਏ ਗੋਆ ਵੀ ਚਾਪਾ ਇੰਡੀਆ ਕਮੈਂਟ ਹੋ ਰਿਹਾ ਐਂਡ ਗੋਆ ਵੀ ਚਾਏ ਆਪਾਂ ਇਹ ਟੈਟੂ ਸੈਟਅਪ ਲੱਗਾ ਇੱਥੇ ਹੋਟਲ ਦੇ ਸੀਗੇ ਜਿਹੜੇ ਰਹਿਣ ਵਾਲੇ ਉਹਨਾਂ ਨੇ ਟੈਟੂ ਬਣਾਉਣ ਨੂੰ ਕਿਹਾ ਸੀ ਤੇ ਉਹਨਾਂ ਦਾ ਨਾਮ ਲਿਖਣਾ ਸੀ ਲਿਖਤਾ ਅਜੇ ਭਾਜੀ ਇਹਨੇ ਸੈਟਅਪ ਲਾਇਆ ਤੁਕੀ ਜੀ ਆ ਜੋਨੀ ਭਾਈ ਨੇ ਇੱਕ ਟੈਟੂ ਬਣਾਇਆ ਇੱਕ ਵੈ ਬਣਾਇਆ ਹੁਣ ਆਪਾਂ ਸੌਣ ਲੱਗੇ ਹਾਂ ਮਾਰਨਿੰਗ ਮਿਲਾਂਗੇ ਸਮੁੰਦਰ ਦੇ ਕੰਢਿਆਂ ਤੇ ਜੰਗਲ ਚ ਚੀਤੇ ਵੀ ਘੁੰਮਦੇ ਨਾ ਇੱਥੇ ਬਾਬਾ ਯਹਾਂ ਪਰ ਬਹੁਤ ਕੁਛ ਹੈ ਚੀਤੇ ਅਭੀ ਹਮ ਆਪਣੀ ਚੁੰਗੀ ਲਗਾਈ ਹੋਈ ਹੈ ਬਾਹਰ ਤੋਂ ਜੰਗਲ ਹੈ ਨਾ ਵਹਾਂ ਪਰ ਤੋਂ ਪਤਾ ਨਹੀਂ ਕਿਤਨਾ ਕੁਛ ਹੈ ਅਭੀ ਵੀ ਆਪਕੋ ਨਾ ਬਾਅਦ ਵੀਡੀਓ ਦਿਖਾਉਂਦੇ ਹੋ ਡਰਤੇ ਹਾਂ ਬਾਜਾ ਨੇ ਕਿ ਜੰਗਲੀ ਜਾਨਵਰ ਹੈ ਯਹਾਂ ਪਰ ਬਹੁਤ ਸਾਰੇ ਹੈ ਅਭੀ ਆਪਕੋ ਮਿਲਤੇ ਹੈ ਸੁਬਹ ਬਾਈ ਮਾਰਨਿੰਗ ਅਜੇ ਭਾਜੀ ਸਾਰਿਆਂ ਨੂੰ ਸੱਜੀ ਲੋ ਜੀ ਆਪਾਂ ਚੱਲੇ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰਨ ਅਜੇ ਭਾਈ ਸਾਹਮਣੇ ਕਿਹੜੀ ਉਹ ਆ ਉਹ ਕਿਹੜੀ ਆ ਪਾਕਿਸਤਾਨ ਦੀ ਕਿਹੜੀ ਨਦੀ ਆ ਪੰਜ ਦਰਾ ਆ ਇੰਡੀਆ ਚ ਤਿੰਨ ਦੋ ਜਾਣੀ ਭਾਈ ਚਪਲਾ ਪਾ ਕੇ ਚੱਲਾ ਜਦ ਫੌਜੀ ਫੁਜੀ ਲੱਭ ਗਿਆ ਦੌੜਨ ਨੂੰ ਰਾਹ ਨਹੀਂ ਲੱਭਣਾ ਚੱਪਲਾਂ A few moments later ਕੋਈ ਨਹੀਂ ਹੈਗਾ ਭਾਈ ਤਾਰਾਂ ਚ ਕਰੰਟ ਹੁੰਦਾ ਲੱਕੜ ਤੋਂ ਟੁੱਟੋ ਇਹ ਆ ਚੱਕ ਉਹ ਦੇ ਆ ਰਹੇ ਆ ਰਹੇ ਟੱਪ ਗਏ ਬਾਰਡਰ ਆਪਾਂ ਸਾਰਾ ਸਮੁੰਦਰ ਸਮੁੰਦਰ ਕੁਛ ਨਹੀਂ ਅੱਗੇ ਉਹ ਦੇਖੋ ਸੱਪ ਖਾਜੀਆਂ ਕਰਦੇ ਹੋਏ ਭਾਈ ਕਹਿੰਦੇ ਸੀ ਕਿਸ਼ਤੀ ਲੈ ਕੇ ਜਾਣਾ ਮੈਨੂੰ ਪਿੱਛੇ ਬਿਠਾ ਤਾ ਤੋਰ ਕੇ ਆਪ ਉਤਰ ਗਏ ਮੈਨੂੰ ਬੂਟ ਲਿਬੜ ਗਿਆ ਦੇਖੋ ਮੇਰੇ ਜੁੱਤੇ ਲਿਬੜ ਗਏ ਤੇ ਦੇਖੋ ਹੁਣ ਉਹਨਾਂ ਨੂੰ ਹਟਦੇ ਨਹੀਂ ਪਏ ਉੱਧਰ ਜਾਣਾ ਇਹਨਾਂ ਨੇ ਉਹਨਾਂ ਨੂੰ ਮਨਾਇਆ ਉਹ ਕਿਸ਼ਤੀ ਸੀਗੀ ਉਹ ਵਾਲੀ ਕਿਸ਼ਤੀ ਦਾ ਉਹਨਾਂ ਨੇ ਜਿਹੜਾ ਰੋਕ ਲਾਇਆ ਹੁੰਦਾ ਉਹ ਕੱਢ ਕੇ ਜੋਨੀ ਭਾਈ ਨੇ ਤੋਰਤੀ ਮੈਂ ਉੱਥੋਂ ਛਾਲ ਮਾਰੀ ਫਿਰ ਮੇਰੇ ਬੂਟ ਲਿਬੜ ਗਏ ਆਪ ਖਾਨੀ ਕਰਦੇ ਰਹਿੰਦੇ ਬਸ ਭਾਜੀ ਹੁਣ ਗਏ ਉਹ
ਇਹਨਾਂ ਦੀ ਮਸਤੀ ਦੇਖਦੇ ਕਦੋਂ ਤੱਕ ਚੱਲਦੀ ਆ। ਆਪਾਂ ਮਿਲਦੇ ਹਾਂ। ਕਿਤੇ ਕੁਛ ਨਹੀਂ ਗੱਲ ਲੱਗੀ। ਅਸੀਂ ਚੱਲੇ ਹਾਂ ਲੀਵਿੰਗ ਹੋਟਲ। ਚਲੋ ਚੱਲੀਏ ਹੋਟਲ। ਉਹ ਜੀ ਸਾਡਾ ਸਫ਼ਰ ਖਤਮ ਹੋਣ ਵਾਲਾ ਹੈ। ਘਰ ਨੂੰ ਚੱਲੇ ਆਪਾਂ ਵਾਪਸ। ਲਓ ਜੀ ਸਾਡਾ ਟੂਰ ਖਤਮ ਹੋ ਗਿਆ। ਸਾਰੇ ਆਪਣੇ ਆਪਣੇ ਘਰ ਨੂੰ ਚੱਲ ਗਏ, ਸਾਰਿਆਂ ਨੂੰ ਸਰ ਛੱਡਣ ਗਏ ਆ। ਹੋਪ ਤੁਹਾਨੂੰ ਸਾਰਿਆਂ ਨੂੰ ਬਲੌਗ ਵਧੀਆ ਲੱਗਾ ਹੋਊਗਾ। ਮਿਲਦੇ ਹਾਂ ਜਲਦੀ ਹੀ ਆਪਾਂ ਨੈਕਸਟ ਬਲੌਗ। ਜਲਦੀ ਹੀ ਜਾਵਾਂਗੇ ਕਿਤੇ ਫਿਰ ਘੁੰਮਣ, ਫਿਰ ਕੋਈ ਤੁਹਾਨੂੰ ਵਧੀਆ ਜਗ੍ਹਾ ਦਿਖਾਵਾਂਗੇ। ਥੈਂਕ ਯੂ ਫੋਰ ਵਾਚਿੰਗ।